है नुक्कड़ नाटक लॉकडाउन नुक्कड़ नाटक का मतलब ही यही होता है बिना स्टेजों तो बिना माइका तो किया जा सकता है बिना बाजिया वगैरह बिना दाड़िया तो किया जा सकता जिहड़ी इहदी रवायत सी दुष्कर्ण भाजी जिहड़े बाबा बोड़ ने नाटकां दे उन्होंने रवायत पंजाब में शुरू की सी उन्होंने कदमों च कदम धर के असं चल रहे हैं उन्होंने बदौलत भी अच्छे असं तुहाडे सामने नुक्कड़ नाटक कर रहे हैं लो नाटक वल ध्यान दिओ नाटक है लॉकडाउन पिंडा का मिठा पानी लहू बन गया
ਗੱਡੀ ਮਨੁੱਖਤਾ ਦੇ ਲਹੂ ਦੀ ਐਸੀ ਗੋਲੀ ਖੇਡੀ ਕਿ ਚਾਰੇ ਪਾਸੇ ਡੰਗੇ ਹੋ ਗਏ। ਅਸੀਂ ਵੀ ਆਪਣਾ ਸਵਾਦ ਕੱਟਿਆ, ਗੱਡੇ ਤੇ ਲੱਭਿਆ ਤੇ ਤੁਰ ਪਏ। ਹਲੇ ਰਾਸਤੇ 'ਚ ਤੁਰੇ ਸੀ ਕਿ ਰਾਸਤੇ 'ਚ ਤੁਰੇ ਸੀ ਇੱਕ ਫੇਕੂ ਚੋਰੇ ਨੇ ਸਾਡੇ ਤੇ ਹਮਲਾ ਕਰ ਦਿੱਤਾ। ਮੇਰੇ ਅੱਖਾਂ ਦੇ ਸਾਹਮਣੇ ਮੇਰੇ ਅੱਬੂ ਦੀ ਧੌਣ ਲਾ ਕੇ ਰੱਖ ਦਿੱਤੀ। ਮੇਰੀ ਮਾਂ ਨੂੰ ਬੱਚਾ ਹੋਣ ਵਾਲਾ ਸੀ, ਉਹਦੇ ਪੇਟ ਦੇ ਥੱਲੇ ਬੱਚੇ ਨੂੰ ਵੀ ਨਹੀਂ ਵਾਪਿਆ। ਉੱਚੀ ਉੱਚੀ ਭੁੱਖਾ ਮਾਰ ਕੇ ਰੋਣ ਲੱਗ ਪਿਆ। ਅਸੀਂ ਵੀ ਸਾਰੇ ਜਾਣੇ ਰੋਣ ਲੱਗ ਪਏ। ਤਾਏ ਨੇ ਤਾਂ ਰੋਣੀ ਸੀ, ਕਿਉਂਕਿ ਉਹਨੇ ਤਾਂ ਸਾਰਾ ਕੁਝ ਆਪਣੇ ਅੱਖੀ ਵੇਖਿਆ ਸੀ। ਤਾਇਆ ਗੱਲ ਕਰ ਰਿਹਾ ਸੀ 1947 ਵੇਲੇ ਦੀ, ਜਦੋਂ ਸਾਡੇ ਦੇਸ਼ ਦੀ ਵੰਡ ਹੋਈ ਸੀ। ਹਿੰਦੂ ਸਿੱਖ ਭਾਈਆਂ ਵਾਂਗ ਰਹਿੰਦੇ ਹੁੰਦੇ ਸੀ ਤੇ ਇੱਥੇ ਧਰਮ ਦੇ ਠੇਕੇਦਾਰਾਂ ਨੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣਾ ਦਿੱਤਾ ਉਹਨਾਂ ਨੇ। ਦੰਗੇ ਕਰਵਾ ਦਿੱਤੇ ਗਏ, ਬਸ ਫਿਰ ਕੀ ਸੀ। ਇੱਧਰਲੇ ਪੰਜਾਬ ਦੇ ਵਿੱਚੋਂ ਲਾਸ਼ਾਂ ਦੀਆਂ ਗੱਡੀਆਂ ਭਰ ਕੇ ਉੱਧਰਲੇ ਪੰਜਾਬ ਦੇ ਵਿੱਚ ਗਈਆਂ ਤੇ ਉੱਧਰਲੇ ਪੰਜਾਬ ਦੇ ਵਿੱਚ ਲਾਸ਼ਾਂ ਦੀਆਂ ਗੱਡੀਆਂ ਭਰ ਕੇ ਤੇ ਇੱਧਰਲੇ ਪੰਜਾਬ ਦੇ ਵਿੱਚ ਆਈਆਂ। ਪੈਣਾਂ ਦੇ ਵੀਰ ਸੁਹਾਗਣਾਂ ਦੇ ਸੁਹਾਗ ਲੁੱਟੇ ਗਏ। ਜਿਨ੍ਹਾਂ ਨੇ ਉਹ ਦ੍ਰਿਸ਼ ਦੇਖਿਆ ਨਾ, ਹਾਲੇ ਤੱਕ ਨਹੀਂ ਭੁੱਲੇ। 47 ਦੇ ਜਖਮ ਮੱਲੇ ਸੀ ਹਜੇ, ਅਸੀਂ ਭੁੱਲੇ ਨਹੀਂ ਸੀ ਉਹਨਾਂ ਨੂੰ। ਤੇ ਫਿਰ ਧਰਮ ਦੇ ਠੇਕੇਦਾਰਾਂ ਨੇ ਧਰਮ ਦੇ ਘੋੜੇ ਤੇ ਸਵਾਰ ਹੋ ਕੇ 1984 ਦੇ ਵਿੱਚ ਫਿਰ ਕਤਲੇਆਮ ਕਰਾਇਆ ਗਿਆ। ਫਿਰ ਸਿੱਖਾਂ ਦੇ ਗਲਾਂ 'ਚ ਪੈਰ ਪਾ ਕੇ ਉਹਨਾਂ ਨੂੰ ਜਿਉਂਦੇ ਜੀ ਸਾੜਿਆ ਗਿਆ। ਜਿਹੜੇ ਹਿੰਦੂ ਤੇ ਸਿੱਖ ਪਾਣੀਆਂ ਵਾਂਗ ਰਹਿੰਦੇ ਸੀ ਉਹਨਾਂ ਨੂੰ ਫਿਰ ਨਾਲ ਲੜਾਇਆ ਗਿਆ। ਫਿਰ 2002 ਦੇ ਵਿੱਚ ਜਿਹੜਾ ਅੱਜ ਕੁਰਸੀ ਤੇ ਕਾਬਜ਼ ਹੋਇਆ ਬੈਠਾ, 2002 ਦੇ ਵਿੱਚ ਗੁਜਰਾਤ ਦੇ ਵਿੱਚ ਫਿਰ ਦੰਗੇ ਕਰਵਾਏ ਗਏ। ਫਿਰ ਹਿੰਦੂਆਂ ਤੇ ਮੁਸਲਮਾਨਾਂ ਨੂੰ ਲੜਾਇਆ ਗਿਆ। ਮੁਸਲਮਾਨਾਂ ਦੀਆਂ ਟੈਨਾਂ ਭਰ ਕੇ ਜਾ ਰਹੀਆਂ ਸੀ ਤੇ ਜਿਉਂਦਿਆਂ ਨੂੰ ਬਚਾਇਆ ਗੁਰਦ ਲਾ ਕੇ ਸਾਹ ਦਿੱਤਾ ਗਿਆ। ਕਿਆ 6 ਮਹੀਨੇ ਪਹਿਲਾਂ ਵੀ ਜ਼ਿਆਦਾ ਤੁਸੀਂ ਸਾਰੇ ਜਾਣਦੇ ਹੋ ਕਿ ਦਿੱਲੀ ਦੇ ਵਿੱਚ ਫਿਰ ਦੰਗੇ ਕਰਵਾਏ ਗਏ। ਦਿੱਲੀ ਦੇ ਵਿੱਚ ਧਰਨਾ ਲੱਗਿਆ ਹੋਇਆ ਸੀ ਸ਼ਹੀਨ ਬਾਗ ਦੇ ਵਿੱਚ, ਜਿੱਥੇ ਸਾਡੇ ਪੰਜਾਬ ਦੇ ਕਿਸਾਨਾਂ ਦੀ ਧਰਨੇ ਦੰਗੇ ਪਾ ਕੇ ਗਏ ਸੀ। ਤੇ ਇੱਥੋਂ ਦੀ ਹਕੂਮਤ ਨੇ ਜ਼ੋਰ ਲਾਇਆ ਸੀ ਵੀ ਇਸ ਧਰਨੇ ਨੂੰ ਚੁਕਾਉਣਾ, ਪਰ ਉਹ ਧਰਨਾ ਕਿਸੇ ਹਾਲਤ ਨਹੀਂ ਚੁੱਕਿਆ ਗਿਆ। ਜਦੋਂ ਕਿਸੇ ਹਾਲਤ ਨਹੀਂ ਚੁੱਕਿਆ ਗਿਆ ਤਾਂ ਇੱਥੋਂ ਦੀਆਂ ਹਾਕਮਾਂ ਨੇ ਫਿਰ ਉੱਥੇ ਦੰਗੇ ਕਰਵਾਏ ਗਏ ਤੇ ਸਾਡਾ ਮੀਡੀਆ ਉੱਥੇ ਪ੍ਰਚਾਰ ਕੀਤਾ ਰਿਹਾ ਸੀ। ਉਸ ਨੂੰ ਤੇ ਫਿਰ ਸਾਡਾ ਉਹ ਮੀਡੀਆ ਆ ਕੇ ਫਿਰ ਪ੍ਰਚਾਰ ਤੇ ਲੱਗ ਗਿਆ।
जी हाँ, हम आपको बताना जा रहे हैं कि ये जो वायरस है जिसका नाम है कोरोना वायरस, बहुत ही भयानक बीमारी है जो चीन से फैली है। जी हाँ, आप सब मोबाइल पर टीवी पर देख रहे हैं कैसे चीन में ये जल्दी से फैल रहा है और पूरे देशों में फैल चुका है। जी हाँ, जिससे बहुत सारे अस्पताल भरे पड़े हैं, लाखों के ढेर सड़कों पर पड़े हैं। इसीलिए आप सभी से अभी निवेदन है कि आप घर पर रहे, सैनिटाइजर से 4 मिनट बाद 5 मिनट बाद हाथ धोते रहिए, मास्क लगा के रखें और दूरी बना के रखिए। जी हाँ, ये जो वायरस फैल रहा है बड़ी ही तेजी से फैल रहा है जिसका नाम है कोरोना वायरस। जी हाँ, कोरोना वायरस। वाहे गुरु जी का खाना।
ਸੌਦਾ ਵੰਡਣ ਆਉਣਗੇ ਭਾਈ ਸੌਦਾ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਆ ਕਿ ਹੁਮ ਹਮਾ ਕੇ ਸੌਦਾ ਲੈ ਕੇ ਜਾਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜਵਾਬ ਉਹਨਾਂ ਦੇ ਹੱਥਾਂ ਵਿੱਚ ਦਮ ਤੋੜ ਗਏ
ਇਹ ਕੋਈ ਨਾਟਕ ਨਹੀਂ ਸਰਕਾਰੀ ਆ ਜਿਹੜੀ ਆਪਾਂ ਮੋਬਾਈਲਾਂ ਤੇ ਦੇਖੀ ਆ ਟੀਵੀ ਤੇ ਦੇਖੀ ਆ ਇੱਕ ਪਰਿਵਾਰ ਜਾ ਰਿਹਾ ਸੀ ਇੱਕ ਘਰ ਵਾਲਾ ਸੀ ਇੱਕ ਉਹਦੇ ਘਰ ਵਾਲੀ ਘਰ ਵਾਲੇ ਦੇ ਮੋਢਿਆਂ ਦੇ ਉੱਤੇ ਜਵਾਨ ਸਿੱਕਿਆ ਹੋਇਆ ਸੀ ਜਦੋਂ ਜਾ ਰਹੇ ਸੀ ਤਾਂ ਪੁਲਿਸ ਨੇ ਘੇਰ ਲਿਆ ਪੁਲਿਸ ਵਾਲਾ ਕਹਿੰਦਾ ਜਵਾਨ ਨੂੰ ਥੱਲੇ ਲਾ ਓਏ ਉਹ ਕਹਿੰਦਾ ਐਡਾ ਜਰਨਲ ਨਾ ਕਰੋ ਜੀ ਮੇਰਾ ਜਵਾਨ ਸੁੱਤਾ ਪਿਆ ਤਾਂ ਆਓ ਆਸਾ ਦੇ ਵਿੱਚ ਜਵਾਨ ਨੂੰ ਮਾਰਿਆ ਗਿਆ ਗੋਦੀ ਚੁੱਕ ਕੇ ਜਾ ਰਿਹਾ ਸੀ ਉਹਦੀ ਮਾਂ ਨੂੰ ਨਹੀਂ ਦੱਸਿਆ ਜੇ ਵੀ ਉਹਦੀ ਮਾਂ ਨੂੰ ਪਤਾ ਲੱਗ ਗਿਆ ਤਾਂ ਰਸਤੇ ਚ ਹੀ ਬੈਠ ਜਾਣਾ ਸਾਨੂੰ ਪਿੰਡ ਨਹੀਂ ਪਹੁੰਚਿਆ ਜਾਣਾ ਇਹੋ ਜਿਹੇ ਹਾਲਾਤ ਬਣ ਗਏ ਜਿਹੜੇ ਮਜ਼ਦੂਰ ਰੇਲ ਦੀ ਪਟੜੀ ਤੇ ਤੁਰ ਕੇ ਜਾ ਰਹੇ ਸੀ ਸੌਟਕਾਟਾਂ ਦੇ ਪਿੰਡਾਂ ਨੂੰ ਉਹਨਾਂ ਤੋਂ ਵੀ ਇੱਥੋਂ ਦੀ ਪੁਲਿਸ ਨੇ ਪੈਸੇ ਲਿੱਤੇ ਇਸ ਤਰ੍ਹਾਂ ਦੇ ਹਾਲਾਤ ਬਣੇ ਪਰ ਤੁਸੀਂ ਦੱਸੋ ਮੇਰੇ ਪਿਆਰੇ ਲੋਕੋ ਵੀ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਕੋਈ ਹੜ੍ਹ ਆਉਂਦਾ ਤਾਂ ਲੰਗਰ ਕੌਣ ਆਉਂਦਾ ਸਾਡੇ ਲੋਕ ਜਦੋਂ ਵੀ ਕੋਈ ਆਫ ਆਉਂਦੀ ਹੈ ਤਾਂ ਲੰਗਰ ਕੌਣ ਆਉਂਦਾ ਸਾਡੇ ਲੋਕ ਜਦੋਂ ਸਭ ਕੁਝ ਲੋਕਾਂ ਨੇ ਕਰਨਾ ਫਿਰ ਲੀਡਰਾਂ ਦਾ ਦੱਸੀ ਕਰੋਨਾ ਕਰੋਨਾ ਕੋਈ ਬਹੁਤ ਭਿਆਨਕ ਬਿਮਾਰੀ ਨਹੀਂ ਪਰ ਕਰੋਨਾ ਤੋਂ ਵੀ ਭੈੜੇ ਇੱਥੇ ਲੀਡਰ ਨੇ ਜਿਨ੍ਹਾਂ ਨੂੰ ਸਿੱਟਾ ਕੋਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਕੋਈ ਸਿਹਤ ਦਾ ਪ੍ਰਬੰਧ ਨਹੀਂ ਕੋਈ ਵੀ ਸਹੂਲਤ ਨਹੀਂ ਸਾਨੂੰ ਦਿੱਤੀ ਇਹ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਆਪਦੇ ਮਨ ਦੀ ਬਾਤ ਕਹਿ ਰਿਹਾ ਸੀ ਜੀ ਦੇ ਤੋਂ ਤੇ ਕਹਿ ਰਿਹਾ ਸੀ ਤਾੜੀਆਂ ਵਜਾਓ ਤਾੜੀਆਂ ਵਜਾਓ ਤੇ ਕਰੋਨਾ ਨੂੰ ਭਜਾਓ ਪਰ ਨਹੀਂ ਮੇਰੇ ਪਿਆਰੇ ਲੋਕੋ ਨਾ ਤਾਂ ਤਾੜੀਆਂ ਵਜਾਉਣਾ ਨਾ ਤਾੜੀਆਂ ਵਜਾਉਣਾ ਕਰੋਨਾ ਨਹੀਂ ਭਜਣਾ ਅਸੀਂ ਉੱਤੇ ਵੀ ਵਿਰੋਧ ਕੀਤਾ ਸੀ ਤੇ ਅੱਜ ਵੀ ਵਿਰੋਧ ਕਰਦੇ ਹਾਂ ਇਹ ਜਿਹੜਾ ਤੁਹਾਡਾ ਧਿਆਨ ਹੈ ਜੇ ਪਾਸੇ ਲਾਉਣ ਦੀ ਕੋਸ਼ਿਸ਼ ਕਰਦੇ ਤੇ ਆਲ ਦੀ ਉਹ ਗੱਲ ਪਾਸ ਕਰ ਸਕਾਂ ਸਿਰਫ ਗੱਲ ਇਹ ਸੀ ਪਰ 5 ਸਾਲਾਂ ਬਾਅਦ ਲੀਡਰ ਸਾਡੇ ਕੋਲ ਆਉਂਦੇ ਆ ਅਸੀਂ ਚੁੱਪ ਚੁੱਪ ਕਿਤੇ ਇਹਨਾਂ ਨੂੰ ਵੋਟਾਂ ਪਾ ਦਿੰਦੇ ਆ ਪਰ ਮੇਰੇ ਪਿਆਰੇ ਲੋਕੋ ਐਪ ਕੀ ਆਪਾਂ ਚੁੱਪ ਕਰਕੇ ਵੋਟਾਂ ਨਹੀਂ ਪਾਉਣੀਆਂ ਕਿਉਂਕਿ ਐਪ ਦੀ ਸਾਡੇ ਕੋਲੇ ਸਵਾਲ ਬਹੁਤ ਨੇ ਬਸ ਤੁਸੀਂ ਕੁਝ ਨਹੀਂ ਕਰਨਾ ਸਿਰਫ ਤੁਸੀਂ ਸਵਾਲ ਕਰਨਾ ਨੌਜਵਾਨਾਂ ਨੂੰ ਰੁਜ਼ਗਾਰ ਕੌਣ ਦੇਵੇਗਾ ਤੁਸੀਂ ਸਿਰਫ ਸਵਾਲ ਕਰਨਾ ਨੌਜਵਾਨਾਂ ਨੂੰ ਨਸ਼ੇ ਤੇ ਕਿਹਨੇ ਲਾਇਆ ਤੁਸੀਂ ਸਿਰਫ ਸਵਾਲ ਕਰਨਾ ਕੀ ਸਾਨੂੰ ਮੈਡੀਕਲ ਸਹੂਲਤਾਂ ਦਿੱਤੀਆਂ ਜਾਂਦੀਆਂ ਤੁਸੀਂ ਸਿਰਫ ਸਵਾਲ ਕਰਨਾ ਸਾਡੇ ਤਾਂ ਨਿੱਕੇ ਜਵਾਕਾਂ ਦੀ ਪੜ੍ਹਾਈ ਕਿੱਥੇ ਗਈ ਤੁਸੀਂ ਸਿਰਫ ਸਵਾਲ ਕਰਨਾ ਮੇਰੇ ਘਰ ਇਧਰੋਂ ਤੇ ਕਿਉਂ ਵੱਧ ਰਹੀ ਹੈ ਤੁਸੀਂ ਸਿਰਫ ਸਵਾਲ ਕਰਨਾ ਡੀਜ਼ਲ ਪੈਟਰੋਲ ਦੇ ਰੇਟ ਕਿਉਂ ਵੱਧ ਰਹੇ ਨੇ ਤੁਸੀਂ ਸਿਰਫ ਸਵਾਲ ਕਰਨਾ ਕਿੰਨੇ ਕਿ ਨਵੇਂ ਕਾਨੂੰਨ ਲਾਗੂ ਕਿਉਂ ਕੀਤੇ ਜਾਂਦੇ ਤੁਸੀਂ ਸਿਰਫ ਸਵਾਲ ਕਰਨਾ ਸਾਡੇ ਪੰਜਾਬ ਵਿੱਚ ਖੁਦਕੁਸ਼ੀਆਂ ਕਿਉਂ ਵੱਧ ਰਹੀਆਂ ਨੇ ਹਾਂ ਮੇਰੇ ਪਿਆਰੇ ਲੋਕੋ ਤੁਸੀਂ ਸਿਰਫ ਸਵਾਲ ਕਰਨਾ ਤੁਸੀਂ ਸਿਰਫ ਸਵਾਲ ਕਰਨਾ ਤੁਸੀਂ ਸਿਰਫ ਸਵਾਲ ਕਰਨਾ ਇਸ ਦੀ ਨਾਲ ਤੇ ਲਾਕਡਾਊਨ ਜੇ ਚੰਗਾ ਲੱਗਿਆ ਤਾਂ ਤਾੜੀ ਮਾਰ ਦਿਓ ਇਹ ਨਾਟਕ ਕਰਦਾ ਆਪੋ ਆਪਣਾ ਢੰਗ ਹੁੰਦਾ ਮੇਰਾ ਢੰਗ ਥੋੜਾ ਜਿਹਾ ਅਲੱਗ ਆ ਜਦੋਂ ਵੀ ਮੈਂ ਕੋਈ ਨਾਟਕ ਲੈ ਕੇ ਆਉਣਾ ਹਰ ਵਾਰ ਮੈਂ ਨਵਾਂ ਨਾਟਕ ਪੇਸ਼ ਕਰਦਾ ਹੁੰਦਾ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਇਹ ਵੀ ਨਾਟਕ ਅਸੀਂ ਬਿਲਕੁਲ ਨਵਾਂ ਲਿਖਿਆ ਪਰਸੋਂ ਪਹਿਲਾ ਨਾਟਕ ਸ਼ੁਰੂ ਕੀਤਾ ਜੇ ਤੁਹਾਡੇ ਸਾਹਮਣੇ ਪੇਸ਼ ਕਰਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਕੋਈ ਨਾਟਕ ਪੰਜਾਬ ਦਾ ਪੰਜਾਬ ਰੰਗਮੰਚ ਪੰਜਾਬ ਕਿਉਂਕਿ ਭਰਾਵੋ ਤੁਹਾਨੂੰ ਦੱਸਿਆਗਾ ਤੁਹਾਨੂੰ ਦਿਖਾਇਆ ਭਰਾਵੋ ਕਿ 1947 ਦੇ ਵਿੱਚ ਵੀ ਇਹ ਜਿਹੜੇ ਆਪਣੇ ਕੋਈ ਪੰਥ ਦਾ ਲਾ ਲਓ ਕੋਈ ਇਹ ਕੌਮਾਂ ਵੰਡ ਕੇ ਲਾ ਲਓ ਕੋਈ ਕਿਸ ਤਰ੍ਹਾਂ ਦਾ ਲਾ ਲਓ ਭਰਾਵੋ ਤੁਹਾਨੂੰ ਰੜਾ ਕੇ ਇਸ ਤਰ੍ਹਾਂ ਵੰਡਿਆ ਗਿਆ ਸੀ ਉਹ ਵੀ ਚੱਲ ਅੱਜ ਚੱਲ ਰਹੇ ਨੇ ਆਪਣੇ ਅੱਜ ਦੇ ਹੱਕ ਨੂੰ ਪਰ ਅੱਜ ਦੁਨੀਆ ਬਹੁਤ ਸਿਆਣੀ ਹੈ ਸਮਝ ਚੁੱਕੀ ਹੈ ਤਾਂ ਹੀ ਇਸ ਕਰਕੇ ਆਪਾਂ ਧਰਨੇ ਲਾਉਂਦੇ ਹਾਂ ਵੀ ਅਸੀਂ ਇਸ ਤਰ੍ਹਾਂ ਨਹੀਂ ਲੜਨਾ ਅਸੀਂ ਕੋਈ ਹਥਿਆਰ ਨਹੀਂ ਚੱਕਣਾ ਅਸੀਂ ਭਾਵਨਾ ਨੂੰ ਜੰਗ ਨਹੀਂ ਬਚਾਉਂਦੀ ਅਸੀਂ ਤੁਹਾਡੇ ਨਾਲ ਫੜਨੇ ਭਰਾਓ ਸਾਡੇ ਪਿੰਡਾਂ 'ਚ ਆਓਗੇ ਇਹ ਆਪਣੀਆਂ ਚਾਲਾਂ ਚੱਲ ਕੇ ਭਰਾਓ ਆਪਣੇ ਉਹਨੂੰ ਸਿੱਧੇ ਕਰਦੇ ਨੇ ਇਹ ਸਾਰਾ ਦੁੱਖ ਤੁਹਾਡੇ ਸਾਹਮਣੇ ਨਾਟਕ ਰਾਹੀਂ ਬਾਈ ਨੇ ਪੇਸ਼ ਕੀਤਾ ਗਾ ਇਸ ਦਾ ਬਹੁਤ ਬਹੁਤ ਧੰਨਵਾਦ ਤੇ ਕੱਲ੍ਹ ਨੂੰ ਵੱਧ ਤੋਂ ਵੱਧ ਇਕੱਠ ਕਰਕੇ ਭਰਾਓ ਇੱਕ ਜਣੇ ਨੇ ਘੱਟੋ ਘੱਟ 4-4 ਬੰਦੇ ਤੇ ਮੇਰੀਆਂ ਮਾਵਾਂ ਭੈਣਾਂ ਨੇ ਆਪਣੇ ਬੱਚਿਆਂ ਸਮੇਤ ਪਹੁੰਚਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੀ ਮਾਤ ਨੂੰ ਕੋਈ ਇੱਕ ਵਾਰ ਤੁਹਾਡੇ ਕੋਲ ਆਪਣੇ ਜਤਨ ਲੈ ਕੇ ਆ ਰਹੇ ਨੇ ਕਿਉਂਕਿ ਵਾਰ ਰੰਗ ਨੇ ਜਿਹੜੇ ਪਰਿਵਾਰ ਹੈ ਉਹ ਕਿ ਤੌਰ ਨੇ ਕਿ ਮੰਦਰ ਸੋਖਾ ਕੰਮ ਕਰਦੇ ਨੇ ਮੇਰੀ ਬੇਨਤੀ ਹੈ ਕਿ ਉਸ ਬੱਚੀ ਦਾ ਹੌਸਲਾ ਤੇ ਕਰੋ ਤਾਂ ਕਿ ਮਾਤਾ ਪਿਤਾ ਨੂੰ ਕੋਈ ਤਰੀਕੇ ਦਾ ਸੁਣੀ ਤਾਂ ਕਿ ਜੋ ਵੀ ਚਾਹੇ ਉਹ ਬੱਚਾ ਨਾਲ ਸਾਬ ਕਰਦਾ ਬਹੁਤ ਧੰਨਵਾਦ